हाँ साडा कशल्या देवी हॉस्पिटल अखां दा। हैलो सत श्री अकाल जी सारयां नूं, मैं तुहाडा अपना दीप मठारू। ते मैं उम्मीद करदा तुसीं सारे जणे ठीक ठाक होवोगे। हांजी जी, आपां चले आं बाजार मम्मी हुणां वास्ते ना ऐनकां जिहड़ियां ओह लैण वास्ते चले आं, क्योंकि मम्मी हुणां दी निगाह पहिलां चैक करवाई सीगी ते ओह वीक सीगी, ते हुण आपां ऐनकां जिहड़ियां नहीं ओह बनवाउण वास्ते चले आं। ठीक आ, ते आओ सारे जणे चलदे आं। ਆਪਾਂ ਪਰਾਤ ਜਿਹੜੀ ਆ ਵਟਾਉਣ ਵਾਸਤੇ ਆ ਗਏ ਆ, ਕਿਉਂਕਿ ਪਰਾਤ ਜਿਹੜੀ ਆ ਉਹ ਵੱਡੀ ਆ, ਛੋਟੀ ਜਿਹੜੀ ਉਹ ਨੱਲੇ ਨੇ। ਅਗਰਬੱਤੀਆਂ ਕਿੱਥੇ ਆ? ਮਗਰਲੀ ਸਾਈਡ ਤੇ ਆ ਵੇਲੇ ਮੱਛਰ ਮਾਰਨ ਵਾਲੀਆਂ ਅਗਰਬੱਤੀਆਂ ਆ ਗਈਆਂ ਜੀ। ਪਰਾਤ ਆਪਾਂ ਜਿਹੜੀ ਉਹ ਚੇਂਜ ਕਰਵਾ ਲਈ ਆ, ਹਨਾ। ਹੁਣ ਕਿੱਥੇ ਜਾਣਾ ਮੰਮੀ? ਆਪਾਂ ਹੁਣ ਇੰਤਕਾਲ ਲੈਣ ਵਾਸਤੇ ਚੱਲੇ ਬਾਜ਼ਾਰ। ਪਹਿਲਾਂ ਇੰਤਕਾਲ ਲੈਣ ਵਾਸਤੇ ਆਏ, ਕਿਉਂਕਿ ਸਾਡੇ ਘਰ ਦੀ ਜਿਹੜੀ ਇੰਤਕਾਲ ਆ ਉਹ ਨਹੀਂ ਬਣੀ, ਅਤੇ ਥੋੜ੍ਹਾ ਟਾਈਮ ਹੋ ਗਿਆ ਬਣਵਾਈ ਨੂੰ, ਅਤੇ ਹੁਣ ਬਣ ਗਈ ਹੈ, ਅਤੇ ਹੁਣ ਅਸੀਂ ਇੱਥੋਂ ਲੈ ਕੇ ਅਤੇ ਘਰ ਜਾਵਾਂਗੇ ਵਾਪਸ। ਸਰਕਾਰੀ ਕੰਮ ਆ, ਅਤੇ ਕਹਿੰਦੇ ਬੰਦਾ ਜਿਹੜਾ ਨਹੀਂ ਉਹ ਛੁੱਟੀ 'ਤੇ ਆ, ਅਤੇ ਕਹਿੰਦੇ ਸੋਮਵਾਰ ਆਇਓ। ਭਰਾ ਕੀ ਕਰਨਾ ਫਿਰ, ਸਰਕਾਰੀ ਕੰਮਾਂ 'ਤੇ ਜ਼ੋਰ ਨਹੀਂ ਪੈਂਦਾ ਕਹਿੰਦੇ ਮੰਮੀ? ਹਾਂਜੀ, ਹੋਰ ਸੋਮਵਾਰ ਕਹਿੰਦੇ ਆਇਓ। ਚਲੋ ਹੁਣ ਸੋਮਵਾਰ ਚੱਲਾਂਗੇ ਆਪਾਂ, ਤਿਆਰ ਤਾਂ ਹੋ ਗਏ, ਬੜਾ ਆਏ ਜਿੱਦਾਂ ਅੱਜ ਹੀ ਮਿਲ ਜਾਣੀ। ਆਪਾਂ ਹੁਣ ਆ ਗਏ ਹਾਂ ਐਨਕ ਬਣਵਾਉਣ ਵਾਸਤੇ ਮੰਮੀ ਦੀ। ਮੰਮੀ ਦੀ ਬਣਵਾਉਣ ਗਿਆ ਨਾ, ਕਿੰਨੇ ਦਿਨ ਹੋ ਗਏ ਬਣਵਾਈ ਨਹੀਂ ਹੈਗੀ। ਨੰਬਰ ਉਹਨਾਂ ਨੇ ਮੈਂ ਚੈੱਕ ਕਰਾ ਕੇ ਲਿਖ ਕੇ ਦੇ ਦਿੱਤਾ ਸੀ, ਅਤੇ ਅੱਜ ਆਪਾਂ ਬਣਵਾਉਣ ਵਾਸਤੇ ਆਏ ਹਾਂ। ਵੇਖੋ ਕਿੰਨਾ ਟਾਈਮ ਦਿੰਦੇ ਆ ਕਹਿੰਦੇ ਮੰਮੀ? ਹਾਂਜੀ ਹਾਂਜੀ, ਮੈਂ ਕਿਹਾ ਜਦ ਬਣਵਾ ਹੀ ਲਈਏ ਫਿਰ ਕੋਈ ਨਵੇਂ ਕੰਮ ਬੰਦਾ ਕਰਦਾ ਐਨਕ ਦੇ ਨਾਲ। ਸੂਟ ਲਏ ਆ ਅਤੇ ਚੱਲ ਉਹ ਆਪੇ ਸੀ ਲੈਂਦੇ ਆ, ਅੱਗੇ ਬਾਹਰੋਂ ਸਵਾਏ ਉਹ ਮੇਰੇ ਪਸੰਦ ਨਹੀਂ ਆਏ ਹੈਗੇ, ਹੁਣ ਮੈਂ ਕਿਹਾ ਜਦ ਮੈਂ ਆਪੇ ਸੀਨੀ ਆ। ਹਾਂ ਸਾਡਾ ਕਸ਼ਲਿਆ ਦੇਵੀ ਹੋਸਪਿਟਲ ਅੱਖਾਂ ਦਾ, ਠੀਕ ਆ। ਇੱਥੇ ਮੰਮੀ ਨੇ ਅੱਖਾਂ ਚੈੱਕ ਕਰਵਾਈਆਂ, ਅਤੇ ਇੱਥੇ ਹੁਣ ਆਪਾਂ ਐਨਕ ਲੈਣੀ ਹੈ ਬਸ। ਮੰਮੀ ਹੁਣਾਂ ਨੂੰ ਆਹ ਵਾਲਾ ਫਰੇਮ ਪਸੰਦ ਆ ਗਿਆ, ਆਹ ਠੀਕ ਆ। ਲਓ ਜੀ, ਮਾਤਾ ਆ ਗਈ ਦੁਕਾਨ 'ਤੇ, ਅਤੇ ਫਿਰ ਵੀ ਨਾ ਕਹਿੰਦਿਆਂ ਕਹਿੰਦਿਆਂ ਨਾ ਸ਼ੋਲ ਲੈ ਹੀ ਲਿਆ ਹੈ ਭਾਜੀ ਹੁਣਾਂ ਕੋਲੋਂ। ਵੇਖ ਲਓ, ਇਹ ਹੈਗੇ ਜੱਸ ਦੇ ਚਾਚਾ ਜੀ, 200 ਦਾ। ਲਓ ਜੀ, ਆਪਾਂ ਪਹੁੰਚ ਗਏ ਹਾਂ ਘਰ ਆਪਣੇ। ਕਹਿੰਦੇ ਬੱਛੀ ਬੱਛੀ ਪਾ ਲਿਆ ਕਰੋ, ਤੁਹਾਨੂੰ ਨਾ ਆਪਾਂ ਮਿਲਾਉਂਦੇ ਹਾਂ ਬਹੁਤ ਹੀ ਖਾਸ ਬੰਦੇ ਦੇ ਨਾਲ, ਕਿਉਂਕਿ ਭਾਵੇਂ ਘਰ ਚੋਰੀ ਹੋ ਜਾਵੇ ਕੁਛ ਹੋ ਜਾਵੇ, ਉਹ ਘੋੜੇ ਵੇਚ ਕੇ ਸੁੱਤੇ ਨੇ। ਇਵੇਂ ਘੋੜਿਆਂ ਦਾ ਨਾਂ ਲਿਆ, ਤਾਂ ਵੇਖ ਲਓ ਅੱਖਾਂ ਜਿਹੜੀਆਂ ਵਾ ਉਗੜ ਗਈਆਂ, ਖੁੱਲ ਗਈਆਂ ਅੱਖਾਂ। ਇਹ ਘੋੜੇ ਵੇਚ ਕੇ ਸੁੱਤੇ ਜੇ, ਕੋਈ ਕੋਈ ਫਿਕਰ ਫਾਕਾ ਨਹੀਂ, ਜੇ ਮੰਨ ਲਓ ਕੋਈ ਘੋੜੇ ਖੋਲ ਕੇ ਲੈ ਜੇ ਫਿਰ। ਅਸੀਂ ਰੱਖੇ ਨਹੀਂ ਹੈਂ, ਅਸੀਂ ਰੱਖੇ ਨਹੀਂ। ਅੱਛਾ ਅੱਛਾ, ਠੀਕ ਹੈ, ਚਲੋ ਚੰਗੀ ਗੱਲ ਆ, ਨਹੀਂ ਰੱਖੇ ਤਾਂ ਮੰਨ ਲਓ ਜੇ ਕੋਈ ਚੋਰ ਆ ਜਾਵੇ ਉਦੋਂ ਚੋਰੀ ਕਰਕੇ ਜਾਵੇ ਫਿਰ। ਬਾਬਾ ਨਾਨਕ ਕਾਹਦੇ ਵਾਸਤੇ ਹੈਂ, ਬਾਬਾ ਨਾਨਕ ਕਾਹਦੇ ਵਾਸਤੇ ਰਾਖੀ ਕਰਦਾ ਸਾਡੇ ਬਾਬਾ ਨਾਨਕ ਸਾਡੇ ਸਿਰ 'ਤੇ ਹੱਥ ਰੋਕ। ਹਾਂਜੀ ਜੀ, ਮੈਂ ਉਮੀਦ ਕਰਦਾ ਤੁਹਾਨੂੰ ਇਹ ਵਾਲਾ ਵਲੌਗ ਜਿਹੜਾ ਬਹੁਤ ਜ਼ਿਆਦਾ ਪਸੰਦ ਆਇਆ ਹੋਊਗਾ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬਰ, ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ। ਬਾਏ ਬਾਏ।